ਦੋਸਤੋ, ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਟੌਪਿਕ ਸ਼ੇਅਰ ਕਰਨ ਜਾ ਰਿਹਾ। ਅੱਜ ਮੈਂ ਤੁਹਾਨੂੰ ਦੱਸਾਂਗਾ ਮਲੇਸ਼ੀਆ ਦਾ ਟੂਰਿਸਟ ਵੀਜ਼ਾ ਕਿੱਦਾਂ ਅਪਲਾਈ ਕਰਨਾ। ਤੁਸੀਂ ਬਹੁਤ ਹੀ ਸਿੰਪਲ ਅਤੇ ਵਧੀਆ ਅਤੇ ਸੌਖਾ ਵੇ ਹੈ ਇਹ। ਤੁਸੀਂ ਆਪਣੇ ਘਰ ਬੈਠ ਕੇ ਵੀ ਅਪਲਾਈ ਕਰ ਸਕਦੇ ਹੋ। ਇਹਦੇ ਲਈ ਤੁਹਾਨੂੰ ਬਾਹਰ ਕਿਸੇ ਏਜੰਟਾਂ ਦੇ ਧੱਕੇ ਖਾਣ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਤੁਹਾਨੂੰ ਕਿਤੇ ਲੱਖਾਂ ਰੁਪਏ ਖਰਚਣ ਦੀ ਲੋੜ ਹੈ। ਮੈਂ ਤੁਹਾਨੂੰ ਦੱਸਾਂਗਾ ਕਿ ਇਹ ਵੀਜ਼ਾ ਤੁਸੀਂ ਕਿੰਨੇ ਰੁਪਏ ਵਿੱਚ ਲੈ ਸਕਦੇ ਹੋ। ਵੀਜ਼ਾ ਅਪਰੋਕਸੀਮੇਟ ਤੁਹਾਨੂੰ ਜੇ ਮੈਂ ਦੱਸਾਂ ਤਾਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਏਗੀ, ਕਿਉਂਕਿ ਏਜੰਟ ਲੋਕਾਂ ਨੂੰ ਗੁੰਮਰਾਹ ਕਰਦੇ ਆ, ਲੋਕਾਂ ਤੋਂ ਇੰਨੇ ਇੰਨੇ ਲੱਖਾਂ ਰੁਪਏ ਪੈਸੇ ਲੈਂਦੇ ਆ ਅਤੇ ਕਰਨਾ ਕੁਛ ਨਹੀਂ ਹੁੰਦਾ। ਅਤੇ ਇਹ ਵੀਜ਼ਾ ਤੁਹਾਡਾ ਲੱਗੇਗਾ ਅਪਰੋਕਸੀਮੇਟ 100 ਰੁਪਏ ਦਾ। ਮੇਰਾ 1580 ਰੁਪਏ ਲੱਗੇ ਸੀ, ਉਹ US ਡੋਲਰ ਦੇ ਫਲਕਚੁਏਸ਼ਨ ਦੇ ਹਿਸਾਬ ਨਾਲ ਹੁੰਦਾ ਕਿ ਕਿੰਨੇ ਦਾ ਵੀਜ਼ਾ ਲੱਗੇਗਾ। ਮੇਰੇ ਵੀਜ਼ਾ ਮਲੇਸ਼ੀਆ ਦਾ 15 ਦਿਨਾਂ ਦਾ ENTR ਵੀਜ਼ਾ, ਯਾਨੀ ਕਿ ENTR ਵੀਜ਼ਾ 15 ਦਿਨਾਂ ਦਾ ਵੀਜ਼ਾ ਮਿਲਦਾ ਹੈ, 15 ਦਿਨਾਂ ਦੀ ਐਂਟਰੀ ਹੁੰਦੀ ਹੈ ਅਤੇ ਮਲਟੀਪਲ ਵੀਜ਼ਾ ਨਹੀਂ ਹੁੰਦਾ ਹੈ। ਜੇ ਤੁਸੀਂ ਮਲਟੀਪਲ ਵੀਜ਼ਾ ਅਪਲਾਈ ਕਰਨਾ ਹੈਗਾ ਮਲੇਸ਼ੀਆ ਦਾ ਤਾਂ ਉਹ $25 ਦਾ ਹੁੰਦਾ ਅਤੇ ਪ੍ਰੋਸੀਜਰ ਸੇਮ ਹੈ। ਸੋ ਚੱਲਦੇ ਆ ਸਕਰੀਨ 'ਤੇ, ਮੈਂ ਤੁਹਾਨੂੰ ਸਮਝਾਉਂਦਾ ਕਿ ਕਿੱਦਾਂ ਕਿੱਦਾਂ ਤੁਸੀਂ ਵੀਜ਼ਾ ਅਪਲਾਈ ਕਰਨਾ ਅਤੇ ਤੁਸੀਂ ਫੋਲੋ ਕਰੋ ਅਤੇ ਤੁਸੀਂ ਵੀਜ਼ਾ ਸ਼ੋਰ ਗੈਟ ਕਰ ਲਓਗੇ। ਅਤੇ ਬਸ ਇੱਕ ਗੱਲ ਦੀ ਬਸ ਖਿਆਲ ਰੱਖਣਾ ਕਿ ਤੁਸੀਂ ਕੋਈ ਫੇਕ ਡਾਕੂਮੈਂਟ ਨਹੀਂ ਲਗਾਉਣਾ, ਕਿਉਂਕਿ ਫੇਕ ਡਾਕੂਮੈਂਟ ਜਿਹੜੇ ਹੁੰਦੇ ਆ ਤੁਹਾਨੂੰ ਉੱਥੇ ਇਮੀਗ੍ਰੇਸ਼ਨ ਹੋ ਜਾਂਦੀ ਹੈ ਮਲੇਸ਼ੀਆ ਦੀ। ਵੈਸੇ ਮੈਨੂੰ ਤਾਂ ਇਹਨਾਂ ਨੇ ਪੁੱਛਿਆ ਉਹਨਾਂ ਨੇ, ਕਿਉਂਕਿ ਮੈਂ ਸਿੰਗਾਪੁਰ ਤੋਂ ਮਲੇਸ਼ੀਆ ਗਿਆ ਸੀ ਬਾਏ ਬੱਸ, ਪਰ ਉਹਨਾਂ ਨੇ ਇਹਨਾਂ ਨੇ ਪੁੱਛਿਆ ਮੈਨੂੰ। ਬਟ ਜੇ ਕਿਤੇ ਉਹਨਾਂ ਨੂੰ ਡਾਊਟ ਹੋਏ ਤਾਂ ਉਹ ਤੁਹਾਡੇ ਕੋਲ ਪੁੱਛ ਸਕਦੇ ਆ ਅਤੇ ਤੁਸੀਂ ਫਿਰ ਪ੍ਰੋਬਲਮ 'ਚ ਫਸ ਸਕਦੇ ਹੋ। ਸੋ ਇਸ ਤੋਂ ਚੰਗਾ ਕਿ ਆਪਣੇ ਤੁਸੀਂ ਓਰੀਜਨਲ ਡਾਕੂਮੈਂਟ ਲਗਾਓ, ਓਰੀਜਨਲ ਬੁਕਿੰਗਸ ਕਰਾਓ ਅਤੇ ਫਲਾਈਟ ਟਿਕਟਸ ਹੋਏ, ਬੱਸ ਟਿਕਟਸ ਹੋਏ, ਮੈਂ ਤੁਹਾਨੂੰ ਸਾਰਾ ਸਮਝਾਉਣਾ। ਤੁਹਾਨੂੰ ਮੈਂ ਇੱਕ ਵੀਡੀਓ 'ਚ ਉਹ ਵੀ ਸਮਝਾਵਾਂਗਾ ਕਿ ਤੁਸੀਂ ਮਲੇਸ਼ੀਆ ਦੀ ਬੱਸ ਦੀ ਟਿਕਟ, ਤੁਸੀਂ ਸਿੰਗਾਪੁਰ ਤੋਂ ਜੇ ਮਲੇਸ਼ੀਆ ਬਾਏ ਬੱਸ ਜਾਓਗੇ ਤਾਂ ਤੁਹਾਨੂੰ ਬੱਸ ਦੀ ਟਿਕਟ, ਤੁਸੀਂ ਮੇਰੀ ਵੀਡੀਓ ਮੈਂ ਜਲਦੀ ਲਾਂਚ ਕਰਾਂਗਾ। ਸੋ ਚੱਲਦੇ ਹਾਂ ਸਕਰੀਨ 'ਤੇ, ਸੋ ਦੇਖੋ ਕਿ ਵੀਜ਼ਾ ਕਿੱਦਾਂ ਅਪਲਾਈ ਕਰਨਾ ਮਲੇਸ਼ੀਆ ਦਾ। ਥੈਂਕ ਯੂ। ਉਹਨਾਂ ਵਾਸਤੇ ਤੁਸੀਂ ਇਸ ਸਾਈਟ 'ਤੇ ਜਾਣਾ, ਉਸ ਤੋਂ ਬਾਅਦ ਸਾਰੀ ਡਿਟੇਲ ਭਰਨੀ, ਆਪਣੀ ਰਜਿਸਟ੍ਰੇਸ਼ਨ ਕਰਨੀ, ਤੁਸੀਂ ਜੋ ਵੀ ਤੁਸੀਂ ਤੁਹਾਡਾ ਪਾਸਪੋਰਟ ਅਤੇ ਨਾਮ ਐਡਰੈਸ ਸਾਰਾ ਉਹੀ ਭਰਨਾ ਤੁਸੀਂ ਇੱਥੇ। ਫੋਨ ਨੰਬਰ ਅਤੇ ਈਮੇਲ, ਇੱਕ ਫੋਨ ਨੰਬਰ ਅਤੇ ਇੱਕ ਈਮੇਲ 'ਤੇ ਤੁਹਾਨੂੰ ਇੱਕ ਵੀਜ਼ਾ ਮਿਲੂਗਾ, ਤੁਸੀਂ ਕਿਸੇ ਹੋਰ ਦਾ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਇੱਕ ਈਮੇਲ 'ਤੇ। ਸਾਰੀ ਡਿਟੇਲ ਭਰ ਕੇ ਤੁਸੀਂ ਰਜਿਸਟਰ ਕਰ ਦੇਣਾ। ਜੇ ਤੁਸੀਂ ਇੱਕ ਵਾਰੀ ਫਾਈਲ ਓਕੇ ਕਰਤਾ ਤਾਂ ਤੁਸੀਂ ਬਾਅਦ 'ਚ ਕੋਈ ਚੇਂਜ ਨਹੀਂ ਕਰ ਸਕਦੇ, ਓਕੇ ਕਰ ਦੇਣਾ ਪ੍ਰੋਸੈਸਿੰਗ। ਥੈਂਕ ਯੂ, ਯੂ ਆਰ ਸਕਸੈਸਫੁਲੀ ਰਜਿਸਟਰਡ, ਪਲੀਜ਼ ਚੈੱਕ ਯੂਅਰ ਈਮੇਲ ਟੂ ਐਕਟੀਵੇਟ ਯੂਅਰ ਅਕਾਊਂਟ। ਤੁਸੀਂ ਇਸ ਤੋਂ ਬਾਅਦ ਆਪਣੀ ਈਮੇਲ ਆਈ ਡੀ 'ਤੇ ਜਾਣਾ, ਉੱਥੇ ਇੱਕ ਲਿੰਕ ਹੋਣਾ ਜੀਮੇਲ 'ਤੇ, ਤੁਹਾਨੂੰ ਮੇਲ ਆ ਜਾਣੀ ਮਲੇਸ਼ੀਆ ਵੱਲੋਂ, ਈ ਵੀਜ਼ਾ ਮਲੇਸ਼ੀਆ ਰਜਿਸਟ੍ਰੇਸ਼ਨ ਵੈਰੀਫਿਕੇਸ਼ਨ ਵੱਲ। ਇਹ ਤੁਸੀਂ ਕਲਿੱਕ ਕਰਨਾ ਵੈਲਕਮ ਟੂ ਈ ਵੀਜ਼ਾ। ਇੱਥੇ ਲਿਖਣਾ ਯੂਰ ਈ ਵੀਜ਼ਾ ਅਕਾਊਂਟ ਹੈਜ਼ ਬੀਨ ਕ੍ਰੀਏਟ ਸਕਸੈਸਫੁਲੀ, ਕਾਇੰਡ ਕਲਿੱਕ ਹੇਅਰ ਟੂ ਵੈਰੀਫਾਈ ਯੂ। ਵੈਰੀਫਾਈ ਕਰਨ ਵਾਸਤੇ ਤੁਸੀਂ ਇੱਥੇ ਕਲਿੱਕ ਕਰਨਾ, ਉਸ ਤੋਂ ਬਾਅਦ ਇਹ ਵਾਲਾ ਪੇਜ ਖੁੱਲੂਗਾ, ਲੌਗਇਨ ਕਰਨਾ ਤੁਸੀਂ, ਸਾਈਨ ਇਨ ਕਰਕੇ ਇਹ ਵਾਲਾ ਪੇਜ ਖੁੱਲੂਗਾ ਤੁਹਾਡਾ ਈ ਵੀਜ਼ਾ। ਜੇ ਤੁਸੀਂ ਈ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਈ ਵੀਜ਼ਾ ਕਰ ਸਕਦੇ ਹੋ।
ਜੇ ਤੁਸੀਂ 15 ਦਿਨਾਂ ਤੋਂ ਥੱਲੇ ਥੱਲੇ ਸਟੇਅ ਕਰਨਾ ਚਾਹੁੰਦੇ ਹੋ ਮਲੇਸ਼ੀਆ ਵਿੱਚ, ਤਾਂ ਤੁਸੀਂ ਇਹ ਇੱਕ ਨਵਾਂ ਪ੍ਰੋਗਰਾਮ ENTRA ਵੀਜ਼ਾ ਅਪਲਾਈ ਕਰ ਸਕਦੇ ਹੋ। ਜੇ ਤੁਸੀਂ 30 ਦਿਨ ਤੋਂ ਤੱਕ ਸਟੇਅ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਈ ਵੀਜ਼ਾ ਅਪਲਾਈ ਕਰ ਸਕਦੇ ਹੋ। ਮੈਂ 2 ਦਿਨਾਂ ਵਾਸਤੇ ਜਾ ਰਿਹਾ, ਸੋ ਮੈਂ ENTRA ਵੀਜ਼ਾ ਅਪਲਾਈ ਕਰਾਂਗਾ। ਇਹਦੀ ਫੀਸ ਵੀ ਬਹੁਤ ਘੱਟ ਹੈ, ਇਹਦੀ $20 ਹੈ ਅਤੇ ਉਹਦੀ $25 ਹੈ। ਜੇ ਤੁਸੀਂ ਬਾਏ ਏਅਰ ਜਾਓਗੇ ਤਾਂ ਤੁਸੀਂ ਇਸ ਏਅਰਪੋਰਟ ਤੋਂ ਇਸ ਵੀਜ਼ੇ 'ਤੇ ਤੁਸੀਂ ਜਾ ਸਕਦੇ ਹੋ। ਇਹ ਦੇਖ ਲਓ ਏਅਰਪੋਰਟ। ਜੇ ਤੁਸੀਂ ਬਾਏ ਲੈਂਡ ਜਾਓਗੇ ਤਾਂ ਤੁਸੀਂ ਇਹ ਵਾਲੇ ਚੈੱਕ ਪੁਆਇੰਟਸ ਤੋਂ ਬਾਏ ਲੈਂਡ ਜਾ ਸਕਦੇ ਹੋ, ਸਿੰਗਾਪੁਰ ਤੋਂ ਜਾ ਸਕਦੇ ਹੋ, ਥਾਈਲੈਂਡ ਤੋਂ ਜਾ ਸਕਦੇ ਹੋ। ਇਹ ਵਾਲੇ ਚੈੱਕ ਪੁਆਇੰਟ ਤੋਂ ਤੁਹਾਨੂੰ ਹੋ ਕੇ ਜਾਣਾ ਪਏਗਾ, ਤਾਂ ਹੀ ਤੁਹਾਨੂੰ ਐਂਟਰੀ ਮਿਲੂਗੀ ਅੰਦਰ ਮਲੇਸ਼ੀਆ ਦੇ। ਪ੍ਰੋਸੀਡ ਕਰ ਦੇਣਾ ਬਾਅਦ 'ਚੋਂ। ਪ੍ਰੋਸੀਡ ਤੋਂ ਬਾਅਦ ਅਪਲਾਈ ਨਿਊ, ਉਸ ਤੋਂ ਬਾਅਦ ਇਹ ਪੇਜ ਖੁੱਲ ਜਾਏਗਾ। ਇੱਥੇ ਤੁਸੀਂ ਆਪਣੀ ਫੋਟੋ ਅਪਲੋਡ ਕਰਨੀ ਆ। ਫੋਟੋ ਦਾ ਸਾਈਜ਼ ਦੇਖ ਲਓ, 35x50 ਹੋਣੀ ਚਾਹੀਦੀ ਹੈ, 50x35 ਚੂਜ਼ ਫੋਟੋ ਕਰਕੇ ਅਪਲੋਡ ਕਰ ਦੇਣੀ। ਪਾਸਪੋਰਟ ਫੋਟੋ ਸੈਂਡ ਕਰਨੀ ਤੁਸੀਂ। ਪਾਸਪੋਰਟ ਫੋਟੋ ਦੀ ਫਰੰਟ ਪੇਜ ਦੀ ਫੋਟੋ ਸਕੈਨ ਕਾਪੀ ਚਾਹੀਦੀ ਉਹਨਾਂ ਨੂੰ, ਇਹ ਵੀ ਅਪਰੂਵਡ ਹੈ, ਖਰਾਬ ਨਹੀਂ ਹੋਣੀ ਚਾਹੀਦੀ। ਖਰਾਬ ਉਹਨਾਂ ਨੇ ਤੁਹਾਡਾ ਵੀਜ਼ਾ ਰਿਜੈਕਟ ਹੋਣ ਦੇ ਫੁੱਲ ਚਾਂਸਿਸ ਹੋਣਗੇ ਜੀ ਖਰਾਬ ਫੋਟੋ ਉਹਨਾਂ ਨੂੰ ਸੈਂਡ ਕਰੋਗੇ। ਅਤੇ ਉਸ ਤੋਂ ਬਾਅਦ ਫਲਾਈਟ ਟਿਕਟਸ ਦੀ PDF, JPG, PNG, JPG ਇਹ ਫੋਰਮੈਟ 'ਚ ਤੁਸੀਂ ਫਲਾਈਟ ਟਿਕਟ ਆਪਣੀਆਂ ਸੈਂਡ ਕਰ ਸਕਦੇ ਹੋ। ਮੈਂ ਬਾਏ ਸਿੰਗਾਪੁਰ ਜਾ ਰਿਹਾ ਮਲੇਸ਼ੀਆ, ਤੋਂ ਮੈਂ ਬੱਸ ਦੀ ਕਨਫਰਮ ਟਿਕਟ ਕਰਵਾਈ ਹੋਈ ਆ ਅਤੇ ਮੈਂ ਬਾਏ ਬੱਸ ਜਾਵਾਂਗਾ। ਤੁਸੀਂ ਬੱਸ ਇਸ ਸਾਈਟ ਤੋਂ ਬੁੱਕ ਕਰ ਸਕਦੇ ਹੋ ਜੇ ਤੁਸੀਂ ਬਾਏ ਸਿੰਗਾਪੁਰ ਮਲੇਸ਼ੀਆ ਜਾ ਰਹੇ ਹੋ। ਟਰਸਟ ਸਾਈਟ ਆ, ਕਨਫਰਮੇਸ਼ਨ ਮੈਨੂੰ ਆ ਗਈ ਹੈ। ਤੁਸੀਂ ਉਹ ਕਨਫਰਮੇਸ਼ਨ ਜਿਹੜੀ ਹੈਗੀ ਹੈ ਕਾਪੀ, ਉਹ ਇੱਕ PDF ਫਾਈਲ ਬਣਾ ਕੇ ਤੁਸੀਂ ਉਹ 'ਚ ਅਪਲੋਡ ਕਰ ਦੇਣੀ ਹੈ। ਫਰੋਮ ਸਿੰਗਾਪੁਰ ਟੂ ਮਲੇਸ਼ੀਆ, ਮਲੇਸ਼ੀਆ ਟੂ ਸਿੰਗਾਪੁਰ, ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਇਸ ਤੋਂ ਤੁਸੀਂ ਕਰ ਸਕਦੇ ਹੋ। ਉਸ ਤੋਂ ਬਾਅਦ ਅਕੋਮੋਡੇਸ਼ਨ, ਤੁਸੀਂ ਮਲੇਸ਼ੀਆ 'ਚ ਸਟੇਅ ਕਿੱਥੇ ਕਰੋਗੇ। ਅਦਰ ਡਾਕੂਮੈਂਟ 'ਚ ਮੈਂ ਸਿੰਗਾਪੁਰ ਜਿੱਦੋਂ ਮਲੇਸ਼ੀਆ ਜਾ ਰਿਹਾ ਤਾਂ ਉਹਦਾ ਡਾਕੂਮੈਂਟ ਵਿੱਚ ਮੈਂ ਕਵਰਿੰਗ ਲੈਟਰ ਬਣਾਤਾ, ਉਹ ਤੁਹਾਨੂੰ ਮੈਂ ਫੋਰਮੈਟ ਦੱਸ ਦਾਂਗਾ ਕਿੱਦਾਂ ਤੁਸੀਂ ਕਵਰਿੰਗ ਲੈਟਰ ਬਣਾਉਣਾ ਮਲੇਸ਼ੀਆ ਦਾ। ਅਤੇ ਸਿੰਗਾਪੁਰ ਦੀ ਵੀਜ਼ਾ, ਸਿੰਗਾਪੁਰ ਦੀ ਫਲਾਈਟ ਟਿਕਟ, ਇੰਡੀਆ ਟੂ ਸਿੰਗਾਪੁਰ, ਸਿੰਗਾਪੁਰ ਟੂ ਇੰਡੀਆ, ਸਿੰਗਾਪੁਰ ਸਟੇਅ ਜਿੱਥੇ ਕਰਨਾ ਮੈਂ ਉਹ ਪਰਪਸ ਆਫ ਸਟੇਅ, ਟੂਰਿਜ਼ਮ ਵਾਸਤੇ ਜਾ ਰਹੇ ਟੂਰ, ਪਾਰਟੀਕੁਲਰ ਆਫ ਐਪਲੀਕੈਂਟ, ਨਾਮ, ਸਰਨੇ, ਜੈਂਡਰ, ਨੈਸ਼ਨੈਲਿਟੀ, ਡੇਟ ਆਫ ਬਰਥ, ਫੋਨ ਨੰਬਰ, ਇਹ ਤੁਹਾਡਾ ਪਹਿਲਾਂ ਹੀ ਫਿਲ ਹੋਏਗਾ ਕਿਉਂਕਿ ਤੁਸੀਂ ਰਜਿਸਟ੍ਰੇਸ਼ਨ ਕੀਤੀ ਕਿ ਪਹਿਲਾਂ, ਪਾਰਟੀਕੁਲਰਸ ਔਫ ਪਾਸਪੋਰਟ, ਟਰੈਵਲ ਡਾਕੂਮੈਂਟ, ਇੰਟਰਨੈਸ਼ਨਲ ਪਾਸਪੋਰਟ, ਪਾਸਪੋਰਟ ਨੰਬਰ, ਕੰਟਰੀ ਆਫ ਇਸ਼ੂ, ਜਿੱਥੋਂ ਤੁਹਾਡੇ ਕੰਟਰੀ ਆਫ ਇਸ਼ੂ ਕਿੱਥੋਂ ਹੋਇਆ, ਸਾਰੀਆਂ ਡਿਟੇਲਸ ਮੈਂ ਭਰ ਦਿੱਤੀਆਂ, ਫੋਟੋ, ਪਾਸਪੋਰਟ ਨੰਬਰ, ਅਕੋਮੋਡੇਸ਼ਨ ਡਿਟੇਲਸ ਸਾਰੀਆਂ PDF 'ਚ ਭਰ ਕੇ ਤੁਸੀਂ PDF 'ਚ ਕਰਕੇ, ਗਿਵਨ ਨੇਮ, ਸਰਨੇਮ, ਟਰੈਵਲ ਡਾਕੂਮੈਂਟ, ਤੁਸੀਂ ਪਾਊਜ਼ ਕਰ ਕਰਕੇ ਭਰ ਸਕਦੇ ਹੋ। ਪਾਸਪੋਰਟ ਨੰਬਰ, ਇਸ਼ੂ ਕਦੋਂ ਹੋਇਆ ਪਾਸਪੋਰਟ, ਐਕਸਪਾਇਰੀ ਕਦੋਂ ਹੋਣਾ, ਟਰੈਵਲ ਇਨਫੋਰਮੇਸ਼ਨ, ਅਰਾਈਵਲ, ਤੁਸੀਂ ਮਲੇਸ਼ੀਆ ਜਦੋਂ ਜਾਣਾ ਵਾ, ਕਿੰਨੀ ਤਰੀਕ ਨੂੰ ਤੁਸੀਂ ਮਲੇਸ਼ੀਆ ਜਾ ਰਹੇ ਹੋ, ਕੰਟਰੀ ਕਿੱਥੋਂ ਤੁਸੀਂ ਆਏ ਹੋ, ਇੰਡੀਆ ਤੋਂ ਆਏ ਹੋ ਤੁਸੀਂ ਤਾਂ ਇੰਡੀਆ ਲਿਖ ਦੇਣਾ, ਜਿੱਥੋਂ ਵੀ ਆਏ ਤੁਸੀਂ ਲਿਖ ਦੇਣਾ ਉਹ ਸਾਰਾ,
ਕੰਟਰੀ ਆਫ ਡੈਸਟੀਨੇਸ਼ਨ ਤੁਸੀਂ ਜਾਣਾ ਕਿੱਥੇ, ਮਲੇਸ਼ੀਆ ਜਾਣਾ। ਕੰਟਰੀ ਆਫ ਟ੍ਰਾਂਸਿਟ ਜੇ ਤੁਸੀਂ ਬਾਏ ਇੰਡੀਆ ਤੋਂ ਸਿੱਧਾ ਮਲੇਸ਼ੀਆ ਜਾ ਰਹੇ ਹੋ ਤਾਂ ਨੋ ਟ੍ਰਾਂਸਿਟ ਲਿਖਣਾ ਤੁਸੀਂ। ਜੇ ਤੁਸੀਂ ਸਿੰਗਾਪੁਰ ਟੂ ਮਲੇਸ਼ੀਆ ਜਾ ਰਹੇ ਹੋ ਤਾਂ ਤੁਸੀਂ ਇੱਥੇ ਸਿੰਗਾਪੁਰ ਲਿਖਣਾ। ਜੇ ਥਾਈਲੈਂਡ ਤੋਂ ਜਾ ਰਹੇ ਹੋ ਥਾਈਲੈਂਡ ਲਿਖਣਾ। ਐਂਟਰੀ ਵੀ ਆ ਲੈਂਡ। ਜੇ ਤੁਸੀਂ ਬਾਏ ਪਲੇਨ ਜਾ ਰਹੇ ਹੋ ਤਾਂ ਏਅਰ ਲਿਖਣਾ। ਜੇ ਬਾਏ ਬੱਸ ਜਾ ਰਹੇ ਹੋ ਜਾਂ ਬਾਏ ਟ੍ਰੇਨ ਜਾ ਰਹੇ ਹੋ ਤਾਂ ਲੈਂਡ ਲਿਖਣਾ। ਟਰੈਵਲ ਇਨਫੋਰਮੇਸ਼ਨ ਰਿਟਰਨ, ਤੁਸੀਂ ਜਦੋਂ ਮਲੇਸ਼ੀਆ ਤੋਂ ਵਾਪਸ ਜਾਓਗੇ ਇੰਡੀਆ ਜਾਂ ਫਿਰ ਸਿੰਗਾਪੁਰ ਜਾਂ ਥਾਈਲੈਂਡ, ਉਹ ਸਾਰੀ ਡਿਟੇਲ ਭਰਨੀ ਆ। ਕਿੰਨੀ ਤਰੀਕ ਨੂੰ ਤੁਸੀਂ ਜਾਓਗੇ ਵਾਪਸ। ਕੰਟਰੀ ਆਫ ਡਿਪਾਰਚਰ ਮਲੇਸ਼ੀਆ। ਕੰਟਰੀ ਆਫ ਡੈਸਟੀਨੇਸ਼ਨ ਇੰਡੀਆ, ਕਿ ਜਿੱਥੋਂ ਤੁਸੀਂ ਆਏ ਹੋ। ਕੰਟਰੀ ਆਫ ਟ੍ਰਾਂਸਿਟ, ਜੇ ਤੁਸੀਂ ਡੈਸਟੀਨੇਸ਼ਨ ਇੰਡੀਆ ਹੋ ਜਾਂ ਕੋਈ ਵੀ ਹੈਗੀ ਤੁਹਾਡੀ ਕੰਟਰੀ ਉੱਥੇ ਜਾ ਰਹੇ ਹੋ। ਜੇ ਤੁਸੀਂ ਕੰਟਰੀ ਆਫ ਟ੍ਰਾਂਸਿਟ ਲਿਖੋਗੇ ਤਾਂ ਤੁਸੀਂ ਫਿਰ ਬੈਕ ਸਿੰਗਾਪੁਰ ਤੋਂ ਜਾ ਰਹੇ ਹੋ ਤਾਂ ਤੁਸੀਂ ਲਿਖਣਾ ਸਿੰਗਾਪੁਰ, ਥਾਈਲੈਂਡ ਜਾਂ ਕੋਈ ਵੀ ਕੰਟਰੀ। ਨਹੀਂ ਤਾਂ ਤੁਸੀਂ ਨੋ ਟ੍ਰਾਂਸਿਟ ਲਿਖਣਾ। ਐਕਸੈਪਟਿੰਗ ਜਾਂ ਤੁਸੀਂ ਜਾਓਗੇ ਕਿੱਥੋਂ ਵਾਪਸ, ਬਾਏ ਲੈਂਡ ਜਾਓਗੇ ਜਾਂ ਬਾਏ, ਜੇ ਤੁਸੀਂ ਬਾਏ ਬੱਸ ਫਿਰ ਤੁਸੀਂ ਸਿੰਗਾਪੁਰ ਜਾ ਰਹੇ ਹੋ ਤਾਂ ਤੁਸੀਂ ਬਾਏ ਲੈਂਡ ਲਿਖਣਾ, ਅਤੇ ਜੇ ਬਾਏ ਏਅਰ ਜਾ ਰਹੇ ਹੋ ਤਾਂ ਬਾਏ ਏਅਰ ਲਿਖਣਾ ਤੁਸੀਂ। ਜੇ ਤੁਸੀਂ ਇੰਡੀਆ ਜਾ ਰਹੇ ਹੋ ਤਾਂ ਬਾਏ ਏਅਰ ਲਿਖਣਾ। ਐਡਰੈਸ ਇਨ ਇੰਡੀਆ, ਇੰਡੀਆ ਜੋ ਤੁਹਾਡੇ ਪਾਸਪੋਰਟ 'ਤੇ ਐਡਰੈਸ ਆ ਪ੍ਰੋਪਰ ਐਡਰੈਸ ਉਹੀ ਲਿਖਣਾ, ਕੋਈ ਗਲਤੀ ਨਹੀਂ ਕਰਨੀ। ਅਕੋਮੋਡੇਸ਼ਨ ਇੰਡੀਆ, ਜਿੱਥੇ ਤੁਸੀਂ ਸਟੇ ਕਰੋਗੇ ਮਲੇਸ਼ੀਆ ਉਹ ਤੁਸੀਂ ਲਿਖਣਾ। ਪੇਮੈਂਟ ਮੈਥਡ, ਤੁਸੀਂ ਪੇ ਕਿੱਥੋਂ ਕਰੋਗੇ, ਵੀਜ਼ਾ ਜਾਂ ਮਾਸਟਰ ਕਾਰਡ, ਉਹ ਤੋਂ ਤੁਸੀਂ ਪੇ ਕਰ ਦੇਣਾ। ਦੇਖੋ ਮਾਸਟਰ ਕਾਰਡ, ਮੈਂ ਮਾਸਟਰ ਕਾਰਡ ਪੇ ਨੈਕਸਟ ਕਰ ਦੇਣਾ। ਉਸ ਤੋਂ ਬਾਅਦ ਨੈਕਸਟ ਸਾਰੀ ਡਿਟੇਲ ਤੁਸੀਂ ਪੜ੍ਹ ਲੈਣੀ ਆ, ਕਨਫਰਮ ਕਰ ਦੇਣਾ। ਇੱਥੋਂ ਕਨਫਰਮ ਕਰਕੇ ਤੁਸੀਂ ਐਗਰੀ ਕਰ ਦੇਣਾ। ਐਗਰੀ ਤੋਂ ਬਾਅਦ ਅੱਗੇ ਤੁਹਾਡਾ ਐਡੀਟਰ ਖੁੱਲ੍ਹੇਗਾ। ਐਡੀਟਰ 'ਚ ਤੁਸੀਂ ਆਪਣੀ ਫੋਟੋ ਸੈਟ ਕਰਨੀ ਹੈ ਲਾਈਕ ਦਿਸ। ਇੱਦਾਂ ਦੀ ਫੋਟੋ ਤੁਸੀਂ ਸੈਟ ਕਰਨੀ ਹੈ। ਐਡੀਟਰ ਆ, ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕਰਕੇ ਇਹਨੂੰ ਆਪਣੇ ਮੂੰਹ 'ਤੇ ਲਿਆ ਕੇ ਇੱਦਾਂ ਸੈੱਟ ਕਰ ਸਕਦੇ ਹੋ। ਫੋਟੋ ਸੈੱਟ ਕਰਨ ਤੋਂ ਬਾਅਦ ਤੁਸੀਂ ਕਨਫਰਮ ਐਂਡ ਕੰਟੀਨਿਊ 'ਤੇ ਜਾਣਾ, ਓਕੇ ਕਰ ਦੇਣਾ। ਤੁਹਾਡੀ ਫੋਟੋ ਅਪਡੇਟ ਹੋ ਰਹੀ ਹੈ ਜਿਸ ਹਿਸਾਬ ਨਾਲ, ਫਿਰ ਤੁਹਾਡਾ ਐਂਟਰੀ ਨੰਬਰ ਮਿਲ ਜਾਣਾ ਸਾਰਾ। ਤੁਹਾਡੀ ਡਿਟੇਲ ਅਤੇ ਡਿਟੇਲ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣੀ ਆ, ਤੁਸੀਂ ਚੇਂਜ ਨਹੀਂ ਕਰਨਾ। ਮੈਨੂੰ 15 ਦਿਨਾਂ ਦਾ ਵੀਜ਼ਾ ਮਿਲਣਾ, ਸੋ ਇਸ ਲਈ ਉਹਨਾਂ ਸਾਰਾ ਵਾਰਨਿੰਗ ਦਿੱਤੀ ਆ ਕਿ ਤੁਸੀਂ ਕਰੈਕਟ ਇਨਫੋਰਮੇਸ਼ਨ ਐਂਟਰ ਕੀਤੀ। ਤੁਸੀਂ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਤੁਸੀਂ ਅਮੈਂਡ ਨਹੀਂ ਕਰ ਸਕਦੇ, ਕੋਈ ਵੀ ਚੇਂਜਿਸ ਨਹੀਂ ਕਰ ਸਕਦੇ ਜਦੋਂ ਵੀ ਤੁਸੀਂ ਫਿਲ ਕਰਦੇ। ਇਫ ਯੂਅਰ ਐਂਟਰੀ ਨੋਟ ਹੈਜ਼ ਡਿਸਕ੍ਰਿਪੈਂਸੀ, ਯੂ ਮਾਈਟ ਬੀ ਸਬਜੈਕਟ ਟੂ। ਜੇ ਤੁਸੀਂ ਕੋਈ ਵੀ ਗਲਤ ਇਨਫੋਰਮੇਸ਼ਨ ਭਰੀ ਜਾਓ ਤਾਂ ਉਹ ਪ੍ਰੋਬਲਮ ਖੜ੍ਹਾ ਕਰ ਸਕਦਾ ਤੁਹਾਡੇ ਅੱਗੇ ਕਲੋਜ਼। ਸਾਰਾ ਨੋਟ ਤੁਸੀਂ ਇੱਦਾਂ ਆਏਗਾ, ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ, ਡਿਟੇਲ ਸਾਰੀ ਰੀਡ ਕਰਕੇ ਤੁਸੀਂ ਪੇਮੈਂਟ ਕਰਨੀ ਹੈ। ਵੀਜ਼ਾ ਜਾਂ ਮਾਸਟਰ ਕਾਰਡ ਪ੍ਰੋਸੈਸਿੰਗ ਫੀਸ ਹੈਗੀ ਇਹਦੀ $20, ਸਾਰੀ ਕੁਛ ਪਾ ਕੇ ਕਨਵੀਨੈਂਸ ਚਾਰਜਸ ਵਗੈਰਾ ਪਾ ਕੇ $22 ਇਹਨਾਂ ਦੀ ਫੀਸ ਹੈ। ਐਪਲੀਕੈਂਟ ਫੋਟੋ ਤੁਸੀਂ ਫਿਰ ਇੱਕ ਵਾਰੀ ਚੈੱਕ ਕਰ ਲੈਣੀ, ਸਾਰੇ ਕੰਨ ਪ੍ਰੋਸੀਡ ਟੂ ਪੇਮੈਂਟ ਕਰ ਦੇਣੀ। ਪ੍ਰੋਸੀਡ ਟੂ ਪੇਮੈਂਟ ਕਰਦੇ ਸਾਰੀ ਇੱਥੇ ਤੁਸੀਂ ਆਪਣੀ ਇਨਫੋਰਮੇਸ਼ਨ ਭਰ ਕੇ ਕ੍ਰੈਡਿਟ ਕਾਰਡ ਵਗੈਰਾ ਦੀ ਤੁਸੀਂ ਪੇ ਕਰਨਾ। ਪੇਮੈਂਟ ਕਰਨ ਤੋਂ ਬਾਅਦ $22.30 ਇਹਨਾਂ ਦੇ ਚਾਰਜਸ ਹੈ $US। OTP ਤੁਹਾਡੇ ਫੋਨ, OTP ਪਾ ਕੇ ਤੁਸੀਂ ਸਬਮਿਟ ਕਰ ਦੇਣਾ। ਪ੍ਰੋਸੈਸਿੰਗ ਹੋ ਰਹੀ ਆ, ਯੂਅਰ ਪੇਮੈਂਟ ਸਕਸੈਸਫੁਲ, ਥੈਂਕ ਯੂ, ਯੂਅਰ ਪੇਮੈਂਟ ਆਫ ਪੇਮੈਂਟ ਹੈਜ਼ ਬੀਨ ਰਿਸੀਵਡ, ਔਰਡਰ ਨੰਬਰ ਹੋ ਜੀ ਅਸੀਂ ਅਪਲਾਈ ਕਰ ਦਿੱਤਾ, ਪਲੀਜ਼ ਹੋਲਡ ਆ ਰਿਹਾ। ਪੇਮੈਂਟ ਹੋ ਗਈ, ਮੈਨੂੰ ਮੈਸੇਜ ਵੀ ਆ ਗਿਆ, 1580 ਰੁਪਏ ਇੰਡੀਅਨ ਰੁਪੀਸ ਅਸੀਂ ਸਪੈਂਡ ਕੀਤੇ ਆ
1580 ਰੁਪਏ ਫੀਸ ਹੈ ਇਸ ਵੀਜ਼ੇ ਦੀ। ਸਾਰਾ ਉਹਨਾਂ ਨੇ ਐਂਡ ਟੂ ਨੋਟ ਕੀਤਾ, ਤੁਸੀਂ ਆਪਣਾ ਨੋਟ ਜਿਹੜਾ ਪ੍ਰਿੰਟ ਕਰ ਸਕਦੇ ਹੋ, PDF ਫਾਈਲ ਤੁਸੀਂ ਸੇਵ ਕਰ ਸਕਦੇ ਹੋ। ਦੋਸਤੋ ਹੈ ਸੀ ਪੂਰੀ ਇਨਫੋਰਮੇਸ਼ਨ ਅਬਾਊਟ ਮਲੇਸ਼ੀਆ ਵੀਜ਼ਾ। ਸੋ ਮੇਰਾ ਚੈਨਲ ਪਲੀਜ਼ ਸਬਸਕ੍ਰਾਈਬ ਕਰੋ ਅਤੇ ਬੈਲ ਦੇ ਆਈਕੋਨ ਨੂੰ ਦੱਬੋ। ਮੈਂ ਹੋਰ ਵੀ ਤੁਹਾਨੂੰ ਹੋਰ ਕੰਟਰੀਜ਼ ਦੀ ਵੀ ਪੂਰੀ ਜਾਣਕਾਰੀ ਦੇਵਾਂਗਾ ਫ੍ਰੀ ਆਫ ਕੋਸਟ। ਇਹਦਾ ਕੋਈ ਚਾਰਜ ਨਹੀਂ ਕਰਾਂਗਾ ਮੈਂ। ਜੇ ਤੁਹਾਨੂੰ ਕੋਈ ਹੈਲਪ ਦੀ ਲੋੜ ਹੈ, ਡਿਸਕ੍ਰਿਪਸ਼ਨ 'ਤੇ ਮੈਂ ਆਪਣਾ ਨੰਬਰ ਦੇ ਰਿਹਾ, ਅਤੇ ਫ੍ਰੀ ਆਫ ਕੋਸਟ ਮੇਰੀ ਕੋਈ ਚਾਰਜਸ ਨਹੀਂ ਹੋਣਗੇ। ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਗੁੰਮਰਾਹ ਹੋਏ, ਕਿਉਂਕਿ ਪੈਸਾ ਬਹੁਤ ਮੁਸ਼ਕਲ ਬਣਦਾ। ਸੋ ਏਜੰਟਾਂ ਕੋਲ ਧੱਕੇ ਖਾਣ ਦੀ ਬਜਾਏ ਪੂਰੀ ਚੈੱਕਲਿਸਟ ਤਿਆਰ ਕਰੋ, ਅਤੇ ਮੈਂ ਹੋਰ ਵੀ ਕੰਟਰੀ ਕੋਈ ਵਿਜ਼ਿਟ ਕਰਾਂਗਾ ਅਤੇ ਤੁਹਾਨੂੰ ਮੈਂ ਫੁੱਲ ਡਿਟੇਲ ਦੱਸਾਂਗਾ, ਐਕਸਪੈਂਸਿਸ ਦੱਸਾਂਗਾ ਕਿ ਉੱਥੇ ਕਿੰਨਾ ਖਰਚਾ ਤਾਂ ਆ ਸਕਦਾ। ਸੋ ਫੋਲੋ ਕਰੋ ਮੇਰੇ ਪੇਜ ਨੂੰ ਅਤੇ ਸਬਸਕ੍ਰਾਈਬ ਕਰੋ ਅਤੇ ਬੈੱਲ ਦਾ ਆਈਕਨ ਨੂੰ ਦੱਬੋ। ਥੈਂਕ ਯੂ।